ਰਿਸਪੌਂਸ ਮੇਰੇ ਤੁਹਾਨੂੰ? ਸਾਨੂੰ ਤਾਂ ਬਹੁਤ ਵਧੀਆ ਮਿਲ ਰਿਹਾ ਜੀ, ਅਸੀਂ ਲੋਕਾਂ ਦੇ ਰਾਸ਼ਨ ਕਾਰਡ ਬਣਾਏ, ਆਪਦੀ ਸਰਕਾਰ 'ਚ ਸਾਰੇ ਕੰਮ ਕਰੇ, ਹੁਣ ਉਵੇਂ ਅਸੀਂ ਵੋਟਾਂ ਮੰਗ ਰਹੇ ਹਾਂ। ਤੁਸੀਂ ਕਿਹੜੇ ਮੁੱਦੇ ਵੋਟਾਂ ਮੰਗ ਰਹੇ? ਅਸੀਂ ਆਪਦੇ ਪਿੰਡ ਦੇ ਕੰਮ ਕਰੇ, ਲੋਕਾਂ ਦੀਆਂ ਪੈਨਸ਼ਨਾਂ ਲਾਈਆਂ, ਗਲੀਆਂ ਨਾਲੀਆਂ ਦਾ ਕੰਮ ਕਰਿਆ, ਜੋ ਵੀ ਪਿੰਡ ਦਾ ਕੰਮ ਆਉਂਦਾ ਰਾਤ ਦਿਨ ਕਰਕੇ ਕਰਦੇ ਅਸੀਂ। ਹੁਣ ਤਾਂ ਤੱਕੜੀ ਦਾ ਨਿਸ਼ਾਨ ਸਾਡਾ ਬਚਪਨ ਦਾ ਪਿਛਲੋ ਲੈ ਕੇ ਨਾਲ ਕਮਲ ਦਾ ਫੁੱਲ ਪਹਿਲੋਂ ਲੈ ਕੇ ਚੱਲ ਰਹੇ ਬਾਦਲ ਸਾਹਿਬ ਨਾਲ, ਜਨਤਾ ਪਾਰਟੀ ਦੇ ਨਾਲ ਤੁਰ ਰਹੇ, ਇਹਨਾਂ ਦੇ ਘਰ ਘਰ ਜਾ ਕੇ ਵੋਟਾਂ ਦੀ ਮੰਗ ਕਰ ਰਹੇ ਹਾਂ, ਇਹਨਾਂ ਨੂੰ ਅਸੀਂ ਵੱਧ ਚੱਲ ਕੇ ਜਿਤਾਵਾਂਗੇ, ਠੀਕ ਨੀ? ਇਹਨਾਂ ਦੇ ਨਾਲ ਅਸੀਂ ਕੈਂਡੀਡੇਟ ਆ ਸਾਡੇ, ਉਹਨਾਂ ਬਾਰੇ ਡੋਰ ਟੂ ਡੋਰ ਜਾ ਕੇ ਵੋਟਾਂ ਮੰਗ ਰਹੇ ਹਾਂ, ਔਰ ਚੰਗਾ ਸਾਨੂੰ ਰਿਸਪੌਂਸ ਮਿਲ ਰਿਹਾ, ਵੱਧ ਤੋਂ ਵੱਧ, ਯਾਨੀ ਕਿ ਸਾਡੀ ਉਮੀਦ ਹੈ ਵੀ ਵੱਧ ਤੋਂ ਵੱਧ ਵੋਟਾਂ ਲੈ ਕੇ ਅਸੀਂ ਜਿੱਤਾਂਗੇ। ਅਸੀਂ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਪਾਰਟੀ ਦੇ ਸਾਂਝੇ ਉਮੀਦਵਾਰ ਮਹਿੰਦਰ ਕੌਰ, ਜਿਨਕਾ ਨਿਸ਼ਾਨ ਕਮਲ ਕਾ ਫੁੱਲ, ਦੂਸਰੇ ਸੋਝਵਾਨ ਲੀਡਰ ਨਵਪ੍ਰੀਤ ਕੌਰ, ਉਹਨਾਂ ਦਾ ਨਿਸ਼ਾਨ ਤੱਕੜੀ, ਉਹਨਾਂ ਨੂੰ ਵੱਧ ਚੜ੍ਹ ਕੇ ਵੋਟਾਂ ਪਵਾ ਰਹੇ ਹਾਂ, ਬਾਕੀ ਯਹਾਂ ਲੋਕਾਂ ਨੂੰ ਸਮਝਾ ਵੀ ਰਹੇ ਹਾਂ, ਲੋਕ ਸੋਝਵਾਨ ਆ, ਉਹਨਾਂ ਨੂੰ ਇਹ ਪਤਾ ਵੀ ਬਾਦਲ ਸਰਕਾਰ ਇੱਕ ਵਧੀਆ ਸਰਕਾਰ ਆ, ਠੀਕ ਹੈ ਜੀ। ਘਰ ਘਰ ਜਾ ਕੇ ਮਨ ਬੜਾ ਰਿਸਪੌਂਸ ਮਿਲ ਰਿਹਾ, ਬਹੁਤ ਵਧੀਆ, ਮਾਰਾ ਅੱਛਾ ਸਰਕਲ ਚੱਲ ਰਿਹਾ, ਲੋਕ ਮਨ ਸੋਝਵਾਨ, ਅੱਛੇ ਤਰੀਕੇ ਦੇ ਵੋਟਾਂ ਡਾਲਾਂਗੇ। ਇਹ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਬੰਦੇ ਅਮਾਰੇ ਨਾਲ ਤੁਰ ਰਹੇ ਹਾਂ। ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਭਾਰਤੀ ਜਨਤਾ ਪਾਰਟੀ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਜਿਸ ਤਰ੍ਹਾਂ ਆਪਾਂ ਸਭ ਭਰਾਵਾਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਚੋਣਾਂ ਦਾ ਮਾਹੌਲ ਪੂਰਾ ਭੱਗ ਚੁੱਕਿਆ ਹੈ, ਉਸ ਦੌਰਾਨ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦੀ ਸਹਾਰਨਾ ਕੀਤੀ ਜਾ ਰਹੀ ਹੈ। ਜਿਸ ਤਰ੍ਹਾਂ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ, ਬੀਬੀ ਨਵਪ੍ਰੀਤ ਕੌਰ ਜੋ ਕਿ ਜ਼ਿਲ੍ਹਾ ਪਰਿਸ਼ਦ ਤੋਂ ਲੜ ਰਹੀਆਂ ਨੇ, ਅਤੇ ਬੀਬੀ ਮਹਿੰਦਰ ਕੌਰ ਜੀ ਜੋ ਕਿ ਬਲਾਕ ਸੰਮਤੀ ਤੋਂ ਸਾਡੇ ਕੈਂਡੀਡੇਟ ਨੇ, ਜਿਨ੍ਹਾਂ ਦਾ ਚੋਣ ਨਿਸ਼ਾਨ ਕਮਲ ਦਾ ਫੁੱਲ ਹੈ, ਭਾਜਪਾ ਦੇ ਉਮੀਦਵਾਰ ਨੇ, ਸਾਨੂੰ ਬਹੁਤ ਵਧੀਆ ਪਬਲਿਕ ਵੱਲੋਂ ਭਰਪੂਰ ਹੁੰਕਾਰਾ ਮਿਲ ਰਿਹਾ, ਕਿਉਂਕਿ ਇਹ ਸਾਡੇ ਕੰਮ ਬੋਲ ਰਹੇ ਨੇ। ਜੋ ਕੰਮਾਂ ਦੇ ਆਧਾਰ 'ਤੇ ਅੱਜ ਅਸੀਂ ਵੋਟਾਂ ਮੰਗਣ ਜਾ ਰਹੇ ਹਾਂ ਡੋਰ ਟੂ ਡੋਰ, ਲੋਕ ਦੇਖੋ ਹੁਣ ਇੰਨੇ ਲੋਕ ਸਾਡੇ ਨਾਲ ਚੱਲ ਰਹੇ ਨੇ, ਇੰਨਾ ਵਧੀਆ ਰਿਸਪੌਂਸ ਦੇ ਰਹੇ ਨੇ, ਜਿਸ ਘਰ ਜਾਂਦੇ ਹਰ ਕੋਈ ਇੱਜ਼ਤ ਨਾਲ ਚਾਹ ਪਾਣੀ ਪੁੱਛਦਾ, ਸਾਰਾ ਕੁਛ, ਹਰ ਕੋਈ ਸਾਨੂੰ ਵਿਸ਼ਵਾਸ ਦਿਵਾ ਰਿਹਾ ਕਿ ਅਸੀਂ ਤੁਹਾਨੂੰ ਭਰਪੂਰ ਹੁੰਕਾਰੇ ਨਾਲ ਜਿਤਾ ਕੇ, ਸਾਡੀ ਜਿੱਤ ਯਕੀਨੀ ਬਣਾ ਕੇ, ਸਾਨੂੰ ਇੱਥੋਂ ਦੀ ਜਿਤਾ ਕੇ ਫਤਿਹ ਬੁਲਾ ਕੇ ਕੱਢਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ 'ਚ ਡੋਰ ਤੋਂ ਡੋਰ ਕੱਢ ਰਹੇ ਹਲਕਾ ਸਨੌਰ ਜੋਨ ਚੋਰਾ ਜ਼ਿਲ੍ਹਾ ਪ੍ਰੀਸ਼ਦ ਦੇ ਬੀਬੀ ਨਵਪ੍ਰੀਤ ਕੌਰ ਦੇ ਅਤੇ ਪਤਨੀ ਭੁਪਿੰਦਰ ਸਿੰਘ ਪੰਡਚੌਰਾ ਦੇ ਨਾਲ ਉਹਦੇ ਵੋਟ ਮੰਗ ਰਹੇ ਹਾਂ, ਬੀਬੀ ਮਹਿੰਦਰ ਕੌਰ ਬਲਾਕ ਸੰਮਤੀ ਅਤੇ ਇਹ ਸਾਡੇ ਤੋਂ ਹੀਰਾ ਕਲੋਨੀ ਤੋਂ, ਠੀਕ ਹੈ। ਇਹਨਾਂ ਦੇ ਹੱਕ 'ਚ ਅਸੀਂ ਵੋਟ ਮੰਗ ਰਹੇ, ਸਾਨੂੰ ਬਹੁਤ ਵਧੀਆ ਵੋਟਾਂ ਦਾ, ਲੋਕਾਂ ਦਾ ਹੰਗਾਰਾ ਮਿਲ ਰਿਹਾ, ਜਿਹੜੇ ਸਾਡੇ ਕੰਮ ਕਰੇ ਉਹ ਬੋਲ ਰਹੇ ਨੇ, ਅਸੀਂ ਇਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਜਿਤਾ ਕੇ ਭੇਜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।